हाँ जी ਸਤਿ ਸ਼੍ਰੀ ਅਕਾਲ ਜੀ। ਤੁਸੀਂ ਚਿਬੜਾਂ ਦੀ ਚਟਨੀ ਤਾਂ ਜੀ ਬਹੁਤ ਖਾਧੀ ਹੋਣੀ ਆ, ਲੇਕਿਨ ਅੱਜ ਆਪਾਂ ਤੁਹਾਨੂੰ ਚਿਬੜਾਂ ਦੀ ਸਬਜ਼ੀ ਬਣਾ ਕੇ ਦਿਖਾਉਣੇ ਆ। ਸੋ ਇਹ ਸਬਜ਼ੀ ਬਹੁਤ ਸੌਖੀ ਜੇ ਢੰਗ ਨਾਲ ਬਣ ਜਾਂਦੀ ਆ। ਸਬਜ਼ੀ ਬਣਾਉਣ ਦੇ ਲਈ ਆਪਾਂ ਨੂੰ ਚਿਬੜ, ਪਿਆਜ਼ ਤੇ ਆਲੂ ਤਿੰਨ ਹੀ ਚੀਜ਼। ਹਾਂ ਜੀ, ਆਪਾਂ ਆਲੂ ਵੀ ਕੱਟ ਲਏ ਜੀ, ਆਲੂ ਐਵੇਂ ਛੋਟੇ ਛੋਟੇ ਪਤਲੇ ਪਤਲੇ ਕੱਟਣੇ ਨੇ ਜੀ। ਪਿਆਜ਼ ਵੀ ਕੱਟ ਲਏ ਤੇ ਆਪਾਂ ਚਿਬੜ ਵੀ ਕੱਟ ਲਈ। ਸੋ ਹੁਣ ਤੁਹਾਨੂੰ ਆਪਾਂ ਬਣਾ ਕੇ ਦਿਖਾਉਣੇ ਆ ਵੀ ਇਹ ਸਬਜ਼ੀ ਚਿਬੜਾਂ ਦੀ ਬਣਦੀ ਕਿਵੇਂ। ਹਾਂ ਜੀ, ਹੁਣ ਆਪਾਂ ਇੱਕ ਕੜਾਹੀ ਲੈ ਲੈਣੀ ਆ, ਇਹਦੇ ਵਿੱਚ ਆਪਾਂ ਪਾ ਲੈਣਾ ਜੀ ਤੇਲ। ਹਾਂ ਜੀ, ਹੁਣ ਆਪਣਾ ਤੇਲ ਕੱਢ ਚੁੱਕਿਆ। ਹਾਂ ਜੀ, ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਪਿਆਜ਼। ਹਾਂ ਜੀ, ਹੁਣ ਆਪਾਂ ਪਿਆਜ਼ ਥੋੜੇ ਭੁੰਨ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਲੂ। ਹੁਣ ਜੀ ਆਪਾਂ ਆਲੂ ਤੇ ਪਿਆਜ਼ਾਂ ਨੂੰ ਦੋਨਾਂ ਨੂੰ ਹੀ ਭੁੰਨਾਂਗੇ ਪਹਿਲਾਂ। ਆਪਾਂ ਇਹਨਾਂ ਨੂੰ ਵਧੀਆ ਪਕਾਉਣਾ ਹੈ ਜੀ। ਹਾਂ ਜੀ, ਹੁਣ ਆਪਣੇ ਆਲੂ ਤੇ ਪਿਆਜ਼ ਪੱਕ ਚੁੱਕੇ ਨੇ। ਹੁਣ ਜੀ ਆਪਾਂ ਪਾਵਾਂਗੇ ਚਿੱਬੜ। ਹਾਂ ਜੀ, ਆ ਤੁਸੀਂ ਦੇਖ ਹੀ ਸਕਦੇ ਹੋ, ਦੇਖਣ 'ਚ ਵੀ ਜੀ ਕਿੰਨੀ ਵਧੀਆ ਲੱਗਦੀ ਹੈ ਇਹ ਚਿੱਬੜਾਂ ਦੀ ਸਬਜ਼ੀ। ਤੁਸੀਂ ਵੀ ਬਣਾ ਕੇ ਦੇਖਿਓ ਜੀ। ਹਾਂ ਜੀ, ਹੁਣ ਆਪਾਂ ਪਾਵਾਂਗੇ ਜੀ ਨਮਕ। ਆਪਣੀ ਸਬਜ਼ੀ ਜੀ ਇਹ ਲਗਭਗ ਬਣ ਚੁੱਕੀ ਹੈ। ਹਾਂ ਜੀ, ਹੁਣ ਆਪਾਂ ਪਾ ਦਾਂਗੇ ਹਲਦੀ। ਹੁਣ ਹਲਦੀ ਪਾਉਣ ਤੋਂ ਬਾਅਦ ਜੀ ਆਪਾਂ ਪਕਾਵਾਂਗੇ ਲਗਭਗ 5 ਮਿੰਟ, ਕਿਉਂਕਿ ਹਲਦੀ ਦੇ ਵਿੱਚ ਕੱਚਾਪਣ ਹੁੰਦਾ ਜੀ, ਉਹ ਚਲਾ ਜਾਊਗਾ। ਹਾਂਜੀ, ਆਪਣੀ ਇਹ ਚਿੱਬੜਾਂ ਦੀ ਸਬਜ਼ੀ ਬਣ ਚੁੱਕੀ ਹੈ ਜੀ, ਅਤੇ ਬਹੁਤ ਹੀ ਵਧੀਆ ਬਣ ਚੁੱਕੀ ਹੈ, ਸੁੱਕੀ ਸੁੱਕੀ। ਤੁਸੀਂ ਵੀ ਬਣਾ ਕੇ ਦੇਖਿਓ ਜੀ, ਅਤੇ ਬਾਕੀ ਦੱਸਿਓ ਇਹ ਵੀਡੀਓ ਕਿਵੇਂ ਲੱਗੀ ਜੀ ਕਮੈਂਟਾਂ ਦੇ ਵਿੱਚ। ਸੋ ਧੰਨਵਾਦ ਜੀ। ਜਿਵੇਂ ਕਿ ਆਪਾਂ ਨੂੰ ਪਤਾ ਵੀ ਚਿੱਬੜਾ ਆਪਣੀ ਸਿਹਤ ਦੇ ਲਈ ਬਹੁਤ ਹੀ ਲਾਭਦਾਇਕ ਹੁੰਦੇ ਨੇ, ਇਹਨਾਂ ਦੇ ਵਿੱਚ ਵਿਟਾਮਿਨ ਸੀ ਵੀ ਹੁੰਦਾ, ਸੋ ਇਹ ਆਪਾਂ ਨੂੰ ਭੁੱਖ ਦੀ ਕਮੀ ਦੇ ਲਈ ਵੀ ਠੀਕ ਹੁੰਦੇ ਨੇ, ਪਾਚਨ ਸ਼ਕਤੀ ਦੇ ਲਈ ਵੀ, ਅਤੇ ਜੇ ਪੇਟ ਦੀ ਕੋਈ ਸਮੱਸਿਆ ਆਵੇ ਤਾਂ ਵੀ ਪੇਟ ਦੀ ਸਮੱਸਿਆ ਨਾਲ ਵੀ ਠੀਕ ਹੁੰਦੀ ਹੈ ਜੀ ਚਿੱਬੜਾਂ ਨਾਲ।